ਸਤਿਕਾਰ ਅਰਦਾਬ ਨਮਸਤੇ ਜੀ। ਸੋ ਦੋਸਤੋ ਕਿੱਦਾਂ ਜੀ ਸਾਰੇ, ਕਿੱਦਾਂ ਠੀਕ ਠਾਕ ਹੋ? ਇੱਦਾਂ ਹੀ ਪਰਮਾਤਮਾ ਤੁਹਾਡੇ 'ਤੇ ਕਿਰਪਾ ਰੱਖੀ ਰੱਖੇ। ਤੋ ਅੱਜ ਐਸਾ ਹੀ ਖੁਸ਼ੀ ਦੇ ਮਾਹੌਲ ਨੂੰ ਲੈ ਕੇ ਆ ਚੁੱਕਿਆ ਜੀ ਮੋਨੂ ਭਾਜੀ ਕੋਲ। ਕੀ ਹਾਲ ਚਾਲ ਹੈ ਮੋਨੂ ਭਾਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਕੀ ਭਾਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਫਿਰ ਕੀ ਮਜ਼ਾ ਜਿਹਾ ਆ ਗਿਆ ਵਰਾਇਟੀ? ਅੱਜ ਭਾਜੀ ਤੁਹਾਨੂੰ ਅਸੀਂ ਐਸੇ ਤੋਹਫੇ ਦਿਖਾਵਾਂਗੇ ਜਿਹੜੇ ਹੇਅਰ ਵੂਲ ਦੇ ਵਿੱਚ ਲੋਕ ਲੱਭਦੇ ਨੇ। ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਨੇ। ਅੱਜ ਤੁਹਾਨੂੰ ਅਸੀਂ ਹੇਅਰ ਦੀ ਕੋਟੀਆਂ ਦਿਖਾਵਾਂਗੇ, ਹੇਅਰ ਦੇ ਲੌਂਗ ਸ਼ੋਰਟ ਕੋਟ ਸਾਰੀ ਦਿਖਾਵਾਂਗੇ ਆਈਟਮਾਂ। ਅਤੇ ਰੇਂਜ ਜਿਹੜੀ ਹੋਊਗੀ, ਵੈਸੇ ਤਾਂ 200 ਰੁਪਏ ਤੋਂ ਫਰੰਟ ਹੇਅਰ ਸ਼ੁਰੂ ਹੋ ਜਾਂਦੀ ਹੈ, ਜਿਹੜੀ ਹੇਅਰ ਟੱਚ ਦੀ ਹੁੰਦੀ ਹੈ। ਵੈਸੇ ਸਹੀ ਮਾਇਨੇ ਦੇ ਵਿੱਚ 250 ਰੁਪਏ ਤੋਂ ਰੇਂਜ ਸਟਾਰਟ ਹੋ ਜਾਂਦੀ ਹੈ। ਬਹੁਤ ਹੀ ਯੂਨੀਕ ਪੀਸ ਹੈਗੇ ਨੇ, ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਹੈਗੇ ਨੇ ਜਿਹੜੇ ਕਿ ਵੀਡੀਓ 'ਚ ਮੈਂ ਦਿਖਾ ਰਿਹਾ। ਰੇਟ ਨਹੀਂ ਦੱਸ ਰਿਹਾ, ਰੇਟ ਦੱਸਣ ਲਈ ਤੁਸੀਂ ਸਿਰਫ ਮੈਨੂੰ ਵਟਸਐਪ 'ਤੇ ਕਾਲ ਕਰੋ, ਮੈਂ ਤਾਂ ਦੱਸਾਂਗਾ। ਇਹ ਮੈਂ ਪਤਾ ਕਿਉਂ ਕਰਦਾ? ਤਾਂ ਕਿ ਤੁਹਾਨੂੰ ਅੱਗੇ ਵੇਚਣ ਲਈ ਤਕਲੀਫ ਨਾ ਆਵੇ। ਤਕਲੀਫ ਨਾ ਆਵੇ, ਬਿਲਕੁਲ ਠੀਕ ਗੱਲ ਹੈ। ਤਾਂ ਭਾਅ ਜੀ ਮਿਨੀਮਮ ਔਡਰ ਪੁੱਛਦੇ, ਕਹਿੰਦੇ ਮਿਨੀਮਮ ਔਡਰ ਕਿੱਥੋਂ ਤੱਕ ਹੋਏਗਾ ਸਾਡਾ? ਸਰ ਮਿਨੀਮਮ ਔਡਰ ਦੇਖੋ, ਹੁਣ ਕਿਸੇ ਦੀ ਜੇਬ ਦੇ ਵਿੱਚ ਜਿੰਨਾ ਪੈਸਾ ਹੈਗਾ ਮੈਂ ਕਹਿ ਨਹੀਂ ਸਕਦਾ। ਵੈਸੇ ਜੇ ਕੋਈ ਵੀ ਆਈਟਮ ਕੋਈ ਵੀ ਲਵੇ, ਘੱਟ ਤੋਂ ਘੱਟ 6 ਪੀਸ ਹੁੰਦੇ ਨੇ ਇੱਕ ਆਈਟਮ ਦੇ। ਉਹ ਮੈਂ ਤੁਹਾਨੂੰ ਵੀਡੀਓ 'ਚ ਦਿਖਾਵਾਂਗਾ, 6 ਪੀਸ 6 ਕਲਰ ਦੇ ਹੁੰਦੇ ਆ। ਅਤੇ ਉਹ ਤੁਸੀਂ ਜਿੱਥੇ ਮਰਜ਼ੀ ਘਰ ਬੈਠੇ ਵੀ ਮੰਗਾ ਸਕਦੇ ਹੋ। ਪ੍ਰੈਫਰ ਤੁਸੀਂ, ਮੈਂ ਤੁਹਾਨੂੰ ਤਾਂ ਕਰਦਾ ਵੀ ਤੁਸੀਂ ਸਾਡੇ ਕੋਲ ਇੱਕ ਵਾਰੀ ਵਿਜ਼ਿਟ ਕਰੋ। ਜੇ ਤੁਹਾਨੂੰ ਉੱਥੇ ਚੰਗਾ ਲੱਗੇਗਾ ਤੁਸੀਂ ਬਾਰ ਬਾਰ ਆਓਗੇ ਸਾਡੇ ਕੋਲ। ਇਸੇ ਕਰਕੇ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਇੱਕ ਵਾਰੀ ਸਾਡੇ ਕੋਲ ਵਿਜ਼ਿਟ ਕਰੋ। ਜੇ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ, ਅਸੀਂ ਇਹ ਹਰ ਇੱਕ ਆਰਟੀਕਲ ਦੇ 6-6 ਪੀਸ ਦੇਵਾਂਗੇ, ਜਿਹਦੇ ਵਿੱਚ 4 ਕਲਰ ਵੀ ਹੁੰਦੇ ਆ, 5 ਕਲਰ ਵੀ ਹੁੰਦੇ, 6 ਕਲਰ ਵੀ ਹੁੰਦੇ। ਤੋ ਜ਼ਿਆਦਾ ਟਾਈਮ ਹੀ ਵੇਸਟ ਕਰਾਂਗਾ ਤੁਹਾਡਾ। ਵਰਾਇਟੀ ਤੋਂ ਵਰਾਇਟੀ ਜਿੰਨਾ ਵੀ ਹੋ ਸਕੇ, ਨੰਬਰ ਚੱਲ ਰਿਹਾ, ਨੰਬਰ ਫਟਾਫਟ ਔਡਰ ਕਰ ਦਿਓ, ਫਟਾਫਟ ਔਡਰ। ਲਾਸਟ 'ਚ ਇੱਕ ਸਸਪੈਂਸ ਵੀ ਦੇ ਰਿਹਾ ਬੱਚੇ ਦੀ ਆਈਟਮ ਦੇ ਵਿੱਚ। ਬੱਚੇ ਦੇ ਮੈਨੂੰ ਬੜੇ ਫੋਨ ਆਉਂਦੇ ਨੇ, ਇੱਕ ਉਹਨਾਂ ਦੇ ਸਰਪ੍ਰਾਈਜ਼ ਹੈਗਾ, ਉਹ ਮੈਂ ਲਾਸਟ 'ਚ ਦਿਖਾ ਰਿਹਾ ਤੁਹਾਨੂੰ। ਆਜੋ ਫਿਰ ਚੱਲੀਏ ਮੇਰੇ ਸਾਹਿਬ, ਵੀਡੀਓ ਨਾ ਸਕਿਪ ਨਾ ਕਰਿਓ, ਲਾਸਟ ਤੱਕ ਆਜੋ। ਫਿਰ ਆਜੋ ਫਿਰ ਵੈਰਾਇਟੀ ਦੇਖਣ ਚੱਲਦੇ ਆ, ਆਜੋ ਫਿਰ ਆਜੋ। ਹਾਂਜੀ ਮੋਨੂ ਜੀ ਕੀ ਦਿਖਾ ਰਹੇ ਹੋ ਜੀ ਅੱਜ ਫਿਰ ਤੁਸੀਂ? ਹਾਂਜੀ ਅਸੀਂ ਤੁਹਾਨੂੰ ਸਾਰੀ ਹੇਅਰ ਦੀਆਂ ਕੋਟੀਆਂ ਦਿਖਾਵਾਂਗੇ, ਹੇਅਰ ਟੱਚ ਵੀ ਦਿਖਾਵਾਂਗੇ, ਹੇਅਰ ਲੌਂਗ ਵੀ ਦਿਖਾਵਾਂਗੇ, ਹੇਅਰ ਸ਼ੋਰਟ ਵੀ ਦਿਖਾਵਾਂਗੇ, ਹੇਅਰ ਦੇ ਕੋਟ ਵੀ ਦਿਖਾਵਾਂਗੇ। ਤਾਂ ਮੋਨੂ ਭਾਅ ਜੀ ਰੇਂਜ ਕਿੱਥੋਂ ਸਟਾਰਟ ਕਰ ਰਹੇ ਹੋ ਤੁਸੀਂ? ਰੇਂਜ ਭਾਅ ਜੀ ਮੇਰੀ ਹੇਅਰ ਦੀ ਸ਼ੁਰੂ ਹੋ ਜਾਂਦੀ ਹੈ 250 ਰੁਪਏ ਤੋਂ। 250 ਰੁਪਏ ਤੋਂ ਹੇਅਰ ਵੂਲ? ਵਾਹ, ਹੇਅਰ ਟੱਚ ਹੁੰਦੀ ਹੈ। ਵੈਸੇ ਤਾਂ ਹੇਅਰ ਟੱਚ ਦੇ ਵਿੱਚ 200 ਰੁਪਏ ਵੀ ਸਟਾਰਟ ਹੋ ਜਾਂਦੀ ਹੈ ਆਈਟਮ, ਲੇਕਿਨ ਮਿਨੀਮਮ ਜਿਹੜੀ ਮਤਲਬ ਕੁਆਲਿਟੀ ਵਾਈਜ਼ ਦੇਖੀਏ ਤਾਂ ਉਹ 250 ਰੁਪਏ ਦੀ ਬਹੁਤ ਵਧੀਆ ਆਈਟਮ ਹੈ। ਤਾਂ ਮੈਂ ਸ਼ੁਰੂ ਕਰ ਰਿਹਾ ਤੁਹਾਡੇ ਨਾਲ 250 ਰੁਪਏ ਦੀ ਆਈਟਮ ਤੋਂ। ਆਹ ਦੇਖੋ ਜੀ, ਫਸਟ ਸਾਡਾ ਆਰਟੀਕਲ ਆ ਗਿਆ ਜੀ। ਇਹ ਡਿਜ਼ਾਈਨ ਦੇਖੋ, ਚੀਜ਼ ਦੇਖੋ, ਢਾਈ ਸੌ ਰੁਪਈਏ ਰੇਂਜ। ਕਲਰ ਕਿੰਨੇ ਕਿੰਨੇ ਆਣਗੇ ਭਾਅ ਜੀ? ਭਾਅ ਜੀ ਰੰਗ ਬੜੇ ਰੇਂਜ ਨਹੀਂ ਦੱਸਾਂਗਾ, ਰੇਂਜ ਦੱਸਣ ਨੂੰ ਵਿਊਅਰ ਮੈਨੂੰ ਮਨਾ ਕਰਦੇ ਨੇ। ਭਾਅ ਜੀ ਰੇਟ ਨਾ ਦੱਸਿਆ ਕਰੋ ਤਾਂ ਕਿ ਉਹਨਾਂ ਨੂੰ ਅੱਗੇ ਵੇਚਣ 'ਚ ਤਕਲੀਫ ਨਾ ਆਵੇ। ਤਾਂ ਸਾਨੂੰ ਤੁਹਾਨੂੰ ਸਿਰਫ ਅੱਜ ਡਿਜ਼ਾਈਨ ਦਿਖਾ ਰਿਹਾ, ਡਿਜ਼ਾਈਨ ਦੇਖ ਲਓ। ਰੇਟ ਜਾਣਨ ਲਈ ਤੁਸੀਂ ਮੇਰੇ ਵਟਸਐਪ 'ਤੇ ਮੈਨੂੰ ਕਾਲ ਕਰੋ, ਵਟਸਐਪ 'ਤੇ ਮੈਸੇਜ ਕਰੋ, ਮੈਂ ਪੀ ਡੀ ਐਫ ਸੈਂਡ ਕਰ ਦਾਂਗਾ। ਆਹ ਦੇਖੋ ਡਿਜ਼ਾਈਨ ਆਈਟਮਾਂ ਬਹੁਤ ਬਹੁਤ ਵਧੀਆ ਹੈਗੀਆਂ ਨੇ। ਇਹ ਹੇਅਰ ਵੂਲ ਦੇ ਵਿੱਚ ਹੈ, ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲੋਕੋਟ ਦੇ ਵਿੱਚ ਲੌਂਗ ਕੋਟ ਹੇਅਰ ਵੂਲ ਦਾ। ਖਰਗੋਸ਼ ਦੇ ਵਾਲ ਨਹੀਂ ਹੁੰਦੇ ਭਾਅ ਜੀ, ਜਿੱਦਾਂ ਉੱਦਾਂ ਦੀ ਆਈਟਮਾਂ ਨੇ। ਹਰ ਤਰ੍ਹਾਂ ਦਾ ਆਈਟਮ ਮਿਲੂਗਾ ਸਾਡੇ ਕੋਲ, ਹਰ ਤਰ੍ਹਾਂ ਦੀ ਰੇਂਜ ਮਿਲੇਗੀ। ਰੇਂਜ ਵਾਈਜ਼ ਤੁਹਾਨੂੰ ਆਈਟਮਾਂ ਸਾਰੀਆਂ ਮਿਲਣਗੀਆਂ, ਤੁਸੀਂ ਸਿਰਫ ਸਾਡੇ ਕੋਲ ਵਿਜ਼ਿਟ ਕਰੋ। ਜੇ ਹੋ ਸਕੇ ਤਾਂ ਨਹੀਂ ਤੁਸੀਂ ਵਿਜ਼ਿਟ ਕਰ ਸਕਦੇ ਤਾਂ ਤੁਸੀਂ ਫਿਰ ਮੇਰੇ ਕੋਲ ਆ, ਮੈਨੂੰ ਵਟਸਐਪ ਕਰੋ, ਅਸੀਂ ਤੁਹਾਨੂੰ ਉੱਥੇ ਵੀ ਪ੍ਰੋਵਾਈਡ ਕਰਾ ਦਾਂਗੇ। ਕੋਟ ਦੇਖੋ ਭਾਅ ਜੀ, ਇਹ ਸਾਰੇ ਜਿਹੜੇ ਹੈਗੇ ਨੇ ਇੰਟਰਨੈਸ਼ਨਲ ਬ੍ਰਾਂਡ ਨੇ, ਸਾਰੇ ਬਹੁਤ ਵਧੀਆ ਚੀਜ਼ਾਂ ਨੇ, ਯੂਨੀਕ ਯੂਨੀਕ ਪੀਸ ਹੈਗੇ ਨੇ। ਇਹ ਸਟੋਕ ਵਿੱਚ ਬਹੁਤ ਘੱਟ ਹੁੰਦੇ ਭਾਅ ਜੀ, ਜਲਦੀ ਤੋਂ ਜਲਦੀ ਵਟਸਐਪ 'ਤੇ ਆ ਜਾਓ ਅਤੇ ਆਪਣਾ ਤੁਸੀਂ ਆਰਡਰ ਲਿਖਾਓ ਸਾਨੂੰ। ਆਹ ਦੇਖੋ, ਲੋਕਾਂ ਦਾ ਮਾਲ ਵੀ ਅਸੀਂ ਭੇਜ ਰਹੇ ਹਾਂ ਭਾਅ ਜੀ। ਆਹ ਦੇਖੋ ਭਾਅ ਜੀ, ਇੱਦਾਂ ਮਾਲ ਜਾ ਰਿਹਾ, ਆਹ ਦੇਖੋ ਇੱਦਾਂ ਮਾਲ ਜਾਂਦਾ, ਇੱਦਾਂ ਹੀ ਅਸੀਂ ਇਹਨਾਂ ਨੂੰ ਮਾਲ ਨੂੰ ਪੈਕ ਕਰਵਾ ਕੇ ਭੇਜਦੇ ਹਾਂ ਅਤੇ ਇੱਦਾਂ ਹੀ ਸਾਰਿਆਂ ਕੋਲ ਡਿਸਪੈਚ ਵੀ ਹੋ ਜਾਂਦਾ ਮਾਲ। ਅਸੀਂ ਤੁਹਾਨੂੰ ਇਹ ਬੋਰੇ ਦੇ ਵਿੱਚ ਜਾਂਦਾ ਮਾਲ, ਟਰਾਂਸਪੋਰਟਾਂ ਦੇ ਜ਼ਰੀਏ ਤੁਹਾਨੂੰ ਮਿਲ ਜੂਗਾ ਮਾਲ। ਆਹ ਦੇਖੋ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ, ਸਾਡੀ ਪੀ ਡੀ ਐਫ ਤਿਆਰ ਹੈ, ਤੁਸੀਂ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਸਾਰਾ ਕੁਛ ਦੇ ਦਾਂਗੇ। ਇਹ ਦੇਖੋ ਨੈਕਸਟ ਆਰਟੀਕਲ ਦੇਖੋ, ਇੱਕ ਤੋਂ ਇੱਕ ਡਿਜ਼ਾਈਨ ਨੇ, ਇੱਕ ਤੋਂ ਇੱਕ ਵਰਾਇਟੀ ਹੈ। ਰੇਟ ਭਾਅ ਜੀ ਇਸ ਕਰਕੇ ਨਹੀਂ ਦੱਸਦੇ ਤਾਂ ਕਿ ਵਿਊਅਰਸ ਨੇ ਅੱਗੇ ਵੇਚਣਾ, ਜੇ ਅਗਲਾ ਇਹਦਾ ਵਿਕੇਗਾ ਨਹੀਂ ਫਿਰ ਸਾਡੇ ਕੋਲ ਦੁਬਾਰਾ ਮਾਲ ਕਿੱਥੋਂ ਲੈਣ ਆਊਗਾ। ਇਸ ਕਰਕੇ ਰੇਟ ਨਹੀਂ ਦੱਸ ਰਹੇ, ਸਿਰਫ ਇਹੀ ਕਹਿ ਰਿਹਾ ਤੁਸੀਂ ਫਟਾਫਟ ਸਾਡੇ ਕੋਲ ਆਓ, ਸਾਡੇ ਕੋਲ ਇੱਕ ਵਾਰ ਵਿਜ਼ਿਟ ਕਰੋਗੇ ਭਾਅ ਜੀ, ਵਰਾਇਟੀ ਜ਼ਿਆਦਾ ਸਮਝ ਆਊਗੀ ਤੁਹਾਨੂੰ। ਆਹ ਦੇਖੋ ਆਈਟਮਾਂ, ਇੱਕ ਤੋਂ ਇੱਕ ਆਈਟਮਾਂ ਨੇ, ਬਹੁਤ ਹੀ ਪਿਆਰੇ ਪਿਆਰੇ ਸ਼ੇਡ ਦੇਖੋ ਭਾਅ ਜੀ, ਨਵੇਂ ਨਵੇਂ ਸ਼ੇਡ ਨੇ, ਐਸੇ ਸ਼ੇਡ ਜਿਹੜੇ ਪੂਰੇ ਬਾਜ਼ਾਰ 'ਚ ਨਹੀਂ ਮਿਲਣੇ, ਇੱਦਾਂ ਦੇ ਸ਼ੇਡ ਹੈਗੇ ਨੇ। ਅਤੇ ਭਾਅ ਜੀ ਡੱਬਾ ਪੈਕਿੰਗ ਮਾਲ ਆਉਂਦਾ? ਹਾਂਜੀ ਹਾਂਜੀ ਭਾਅ ਜੀ, ਡੱਬਾ ਵੀ ਆਉਂਦਾ, ਮਾਸਟਰ ਪੈਕਿੰਗ ਵੀ ਆਉਂਦਾ, ਹਰ ਤਰ੍ਹਾਂ ਦਾ ਆਉਂਦਾ। ਇੱਕ ਲਾਸਟ 'ਚ ਤੁਹਾਨੂੰ ਸਸਪੈਂਸ ਵੀ ਦਿਖਾਵਾਂਗਾ, ਬਹੁਤ ਵਧੀਆ ਆਈਟਮ ਦਿਖਾਵਾਂਗਾ ਇੱਕ ਲਾਸਟ 'ਚ, ਜਿਹੜੇ ਕਿ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਸਕੋਗੇ, ਫਟਾਫਟ ਆ ਜਾਓਗੇ ਤੁਸੀਂ।
बच्चे दी आइटम दिखाऊंगा भाजी लास्ट च, हजे फिलहाल तुहानू हेयर दीआं दिखा रहे हैं कोट दे विच। देखो भाजी साइज़ वाइज भी तुहानू चीज़ मिलेगी, क्वालिटी भी तुहानू सारी मिलेगी भाजी। नीरी खरगोश है, खरगोश का वाल नहीं हुंदा जिवें आ, देखो जिन्नी बार मर्जी हाथ फेरी जाओ। ऐसिया चीज़ा ने, ऐसे चीज़ ने, आ देखो सारे ब्रांड देखो किन्ने किन्ने वधिया ब्रांड ने, बहुत ही प्यारे प्यारे यूनीक चीज़ा हैगियां ने, असीं अज तुहाडे लई लै के आए हैं। तो तुसी वीडियो नू पूरा वेखो, लास्ट तक स्किप ना करियो। जे तुसी मैं PDF नहीं भेज पाता, समझ लो मैं बिजी हैगा वा, तो हो सके तुसी स्क्रीनशॉट खिंचो मैनू सेंड कर दिओ, मैं तुहानू फिर बिल बना के भेज दांगा। ए देखो रेट भी तुहानू दस दांगा, नाले नाले तुहाडे नाल गल भी कर लांगा, कोई ऐसी दिक्कत नहीं आऊगी किसी किस्म की। ए देखो लोंग पीस ने आर्टिकल दिखा रहे हैं तुहानू, ये हजे तक मैं सारा रैबिट वूल दे विच ही दिखाया भाजी। आ देखो एक तो एक आइटमां ने, एक तो एक डिजाइन ने, सारा बाजार घूम लो, ऐदा का माल ऐदा के डिजाइन नहीं मिलने भाजी। आ देखो वर्क देखो कितना कितना प्यारा प्यारा यूनीक यूनीक वर्क किया हुआ एक एक पीस के उत्ते। ये आते भाजी डब्बे वाला माल आऊगा भाजी, पांच पीस पांच कलर पांच डिजाइन दे, ये जो पैकिंग छे छे की भी आ गई है, छे छे भी मिल जाएंगे। आ देखो एक तो एक पीस है भाजी, तुहानू मैं एक डब्बा खोल के भी दिखाना वा, कलर चार्ट भी दिखावांगा वो, बहुत ही प्यारे प्यारे यूनीक यूनीक चीज़ा ने। आ देखो आइटम मैं बहुत यूनीक यूनीक लैके आया थोड़े लिए, जिन्होंने भी चाहिए आ जाओ मेरे को, आल ओवर पीस ही ने सारे, आल ओवर भी मिल जाएंगे, फ्रंट भी मिल जाएगी, हर तरह का माल मिल जूगा। देखो भाजी लोंग लोंग आर्टिकल ने, एक तो एक डिजाइन ने, देखते दे जाओ। आ देखो भाजी साइज देखो, चीज़ देखो, कोट देखो, जिहड़ियां मेरियां भैणां वड्डियां साइज़ दियां उन्हां नूं वास्ते भी माल बहुत मिल जूगा। जिहड़े रीसेलर ने, मैनूं रीसेलर बहुत आंदे ने, रीसेलर वास्ते बहुत वधिया वधिया पीस हैगे ने, उन्हां नूं मैं यही कहना चाहुंदा वा भी उह मैनूं दो दो चार चार पीस ना कहण, उह घट्टो घट्ट बारह बारह पीस या छे छे पीस तां लैण भाजी, छे छे पीस विच वेच के उन्हां दे फोटोआं पाणियां हुंदियां अगे अगे, नाल ही उह दुआरा दुआरा मंगाणगे मेरे को। आ देखो डिजाइन तुहानूं मिलदे जाणगे, डिजाइनां दी चिंता ना करो, हर वारी तुहानूं नवां डिजाइन मिल जूगा। पर्टिकुलर आइटमां ने बहुत ही प्यारी प्यारी यूनीक यूनीक आइटमां ने, देखते ही व्यूवर्स तुहानू देखते ही तुहानू चाहिए फटाफट मैनू कॉल करो। आ देखो एक एक आइटम है भाजी, बहुत ही शानदार आइटमां ने। वॉल्यूम अज घट आ रही होनी है, अज स्पीकर नहीं लाया मैं, पर फिर भी मैं कोशिश कर रहा भी तुहानू ज़्यादा ज़्यादा पता लगे। आ देखो एक एक डिजाइन है भाजी, एक एक वरायटी है, जल्दी तो जल्दी विजिट करो मेरे को, विजिट करोगे तुहानू आइटमां सारिया समझ आ जाणगियां। आ देखो एक तो एक पीस है भाजी, हैलो लोंग पीस देखो है भाजी, यहो जी वरायटी कितने, ये सारा ही अज तुहानू हेयर वूल का ही टेस्ट दिखा रहा मैं, सारिया आइटमां तुहानू हेयर वूल दी दिखा रहा। क्लिप होता छोटा, मेरी कोशिश होंगी है ज़्यादा तो ज़्यादा तुहानू आइटमां दिखा दा, जे तुसी मेरे को नहीं विजिट कर सकते पहले तो मैं कहना विजिट करो मेरे को, विजिट करोगे चार आइटमां तुहानू पता लगेगा, मार्केट पता लगेगी, मेरी शॉप का एड्रैस मैं तुहानू दस दिंदा, स्टेशन ते पहुँचोगे, स्टेशन तो सिर्फ 20 मिनट का राह, तुसीं आना चावल बाजार वेटगंज, चावल बाजार तो ही वेटगंज कोर्नर ते ही मेरी दुकान हैगी है, तुसीं मेरी दुकान ते मेरे विजिट करो, तुहानू सारा कुछ आइटमां सारे को मेरे को वरायटी बहुत है भाजी, वरायटी दिखाओ, लेडीज जेंट्स सारी हर रेंज की वरायटी है, सस्ती लैनी सस्ती भी है, वधिया लैनी वधिया भी है। एक तो एक चीज़ दिखा रहे हैं भाजी, आ देखो यूनीक पीस ने सारे, आल ओवर पीस दिखाए ने अज, आ देखो बहुत ही प्यारे प्यारे टेस्ट दिखा रहे हैं ऐतकी भी, तुम फटाफट स्क्रीनशॉट खिंच के भी मैं भेज दोगे ना तो भी मैं थोड़े नाल तुहानू दस दाँगा भी यदा की रेट है, यदा की रेट है, रेट नहीं दसदा इस करके नहीं दसदा भाजी, ताकि अगे तुहानू सेल करन च ना दिक्कत आया। देखो भाजी वर्क देखो किन्ना शानदार किया है वर्क, एक एक पीस है भाजी, तोहफे ने तोहफे। आ देखो हल्की रेंज भी है, वधिया रेंज भी है, हर चीज़ का माल तुहानू मिल जूगा मेरे को, हर एक रेंज मिलेगी। आ देखो आइटम देखो, चीज़ा देखो, बहुत ही प्यारे प्यारे यूनीक यूनीक पीस ने। आ देखो तोहफे है नवे साल दे भाजी, ये डिजाइन देखो, चीज़ा देखो भाजी, आल ओवर पीस ने, कलर भी मैं तुहानू दिखाना, यदा डब्बा दिखाना वा तुहानू, पांच पीस पांच कलर दे आणगे, अलग अलग डिजाइन आणगे, अलग अलग कलर आऊगा। देखो बहुत ही प्यारे प्यारे तो यूनीक यूनीक पीस है सारे, जिनी बार मर्जी देख लो भाजी, आइटम देख ही जाओगे, कलर देखते दे रहो। आ देखो सारे पीस एक तो एक ने, सारे साइज अवेलेबल ने, सब कुछ चीज़ अवेलेबल है, आके सिर्फ तुसी मेरे को विजिट करो, विजिट करते तुहानू सारी वरायटी का ज़्यादा पता लगेगा।
ਆ ਦੇਖੋ ਭਾਜੀ, ਇੱਕ ਤੋਂ ਇੱਕ ਡਿਜ਼ਾਇਨ ਨੇ, ਇੱਕ ਤੋਂ ਇੱਕ ਚੀਜ਼ ਹੈਗੀ। ਹੈਲੋ, ਨਵਾਂ ਡਿਜ਼ਾਇਨ ਹੋਰ ਆਇਆ ਭਾਜੀ। ਪੀਸ ਦੇ ਫੋਕਸ ਮਾਰੋ, ਕਿੰਨਾ ਸ਼ਾਨਦਾਰ ਡਿਜ਼ਾਇਨ, ਆਲ ਓਵਰ ਪੀਸ ਹੈ। ਆਹ ਦੇਖੋ ਸਾਰੇ ਪੀਸ ਆਲ ਓਵਰ ਪੀਸ ਦਿਖਾ ਰਿਹਾ ਤੁਹਾਨੂੰ। ਹੈਲੋ, ਲਾਸਟ 'ਚ ਮੈਂ ਤੁਹਾਨੂੰ ਕਿਹਾ ਸੀ ਇੱਕ ਆਈਟਮ ਦਿਖਾਵਾਂਗਾ ਬੱਚੇ ਦੀ, ਲਿਆਓ ਹੁਣ ਮੈਂ ਤੁਹਾਨੂੰ ਬੱਚੇ ਦੀ ਆਈਟਮ ਦਿਖਾ ਰਿਹਾ ਜੀ। ਆਹ ਬੱਚੇ ਦੀ ਆਈਟਮ ਹੈ, ਸਵੈਟ ਸ਼ਰਟ ਹੈ ਭਾਜੀ। ਆਹ ਲਓ ਭਾਜੀ, ਇਹਦੇ 'ਚ ਮਿਲੇਗਾ 24 ਤੋਂ ਲੈ ਕੇ 34 ਤੱਕ ਸਾਈਜ਼, 24, 26, 28, 30, 32, 34 ਭਾਜੀ। 6 ਪੀਸ, 6 ਕਲਰ, 6 ਡਿਜ਼ਾਇਨ ਦੇ। ਆਹ ਦੇਖੋ, ਆਹ ਹੁਣ ਤੁਹਾਡੇ ਸਾਹਮਣੇ 6 ਪੀਸ, 6 ਕਲਰ ਆ ਰਹੇ ਆ, 6 ਡਿਜ਼ਾਇਨ ਆ ਰਹੇ। ਇੱਕ ਡਿਜ਼ਾਇਨ, 2 ਡਿਜ਼ਾਇਨ, 3 ਡਿਜ਼ਾਇਨ, 4 ਡਿਜ਼ਾਇਨ, 5 ਡਿਜ਼ਾਇਨ, 6ਵਾਂ ਪੀਸ ਮੈਂ ਖੋਲ੍ਹਦਾ। ਰੇਟ ਜਾਣਨ ਲਈ ਫਟਾਫਟ ਮੈਨੂੰ ਵਟਸਐਪ 'ਤੇ ਆਓ, ਕਾਲ ਕਰੋ, ਅਤੇ ਮੈਂ ਤੁਹਾਨੂੰ ਸਾਰੀ ਰੇਟ ਲਿਸਟ ਭੇਜਾਂ। ਜਿਹੜੇ ਜਿਹੜੇ ਮੇਰੇ ਭਰਾ ਭੈਣ ਨੂੰ ਜੋ ਮਾਲ ਚਾਹੀਦਾ ਉਹ ਮਿਲ ਜੂਗਾ। ਪਲੀਜ਼ ਰਿਟੇਲਰ ਨਾਲ ਫੋਨ ਕਰਿਆ ਕਰੋ, ਮੇਰਾ ਜਿਹੜੀ ਵੀਡੀਓ ਹੁੰਦੀ ਹੈ ਹੋਲਸੇਲ ਪਰਪਸ ਲਈ ਹੁੰਦੀ ਹੈ, ਇਸ ਕਰਕੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰ ਰਿਹਾ ਵੀ ਘੱਟ ਤੋਂ ਘੱਟ ਕੋਈ ਵੀ ਆਈਟਮ ਲੈਣੀ ਹੈ ਉਹਦੇ 6 ਪੀਸ ਮਿਲਣਗੇ। ਇੱਦਾਂ ਮਿਲਣਗੇ 1, 2, 3, 4, 5, 6, ਇੱਦਾਂ ਹੀ ਕਾਰਡੀਗਨ ਦੇ ਵਿੱਚ ਵੀ 6 ਕਲਰ ਹੋ ਜਾਣਗੇ, 4 ਕਲਰ ਵੀ ਹੁੰਦੇ ਆ, 5 ਕਲਰ ਵੀ ਹੁੰਦੇ, ਲੇਕਿਨ ਪੀਸ 6 ਹੀ ਦਿੰਦੇ ਆ, 12 ਦਾ ਸੈੱਟ ਹੁੰਦਾ। ਇਸ ਕਰਕੇ ਮੈਂ ਲਾਸਟ 'ਚ ਮੈਸੇਜ ਜ਼ਰੂਰ ਦੇ ਰਿਹਾ ਵੀ ਜਿਹੜੇ ਵੀ ਹੈਗੇ ਨੇ ਮੇਰੇ ਅੱਗੇ ਮੇਰੇ ਵਿਊਅਰਸ ਨੇ, ਜਿਨ੍ਹਾਂ ਦਾ ਪਤਾ ਹੈ ਭਾਜੀ ਉਹਨਾਂ ਨੂੰ ਤਾਂ ਪਤਾ ਹੀ ਹੈ, ਜਿਨ੍ਹਾਂ ਨੂੰ ਨਹੀਂ ਪਤਾ ਮੈਂ ਇਸ ਲਈ ਉਹਨਾਂ ਨੂੰ ਕਹਿ ਰਿਹਾ ਵੀ 6 ਵੀ 6 ਕਲਰ ਦੇ ਮਿਲਣਗੇ। ਤਾਂ ਫਿਰ ਮਿਲਾਂਗਾ ਨੈਕਸਟ ਵੀਡੀਓ 'ਚ ਨੈਕਸਟ ਵਰਾਇਟੀ ਲੈ ਕੇ। ਧੰਨਵਾਦ।